ਸੈਮੀ ਸਟਿਚ ਫਰੋਕ ਹੈ ਜੀ। ਨੈਕ ਤੇ ਬਹੁਤ ਹੀ ਪਿਆਰਾ ਥਰੈਡ ਦਾ ਵਰਕ ਕੀਤਾ ਹੋਇਆ ਜੀ। ਬਹੁਤ ਹੀ ਪਿਆਰਾ ਡਿਜ਼ਾਈਨ, ਘੇਰੇ ਤੇ ਪੂਰਾ ਵਰਕ ਕੀਤਾ ਹੋਇਆ। ਬਹੁਤ ਹੀ ਪਿਆਰਾ ਫਰੰਟ ਬੈਕ ਤੇ ਇਹਦਾ ਵਰਕ ਆਏਗਾ ਜੀ। ਧਾਗੇ ਦਾ ਸਾਰਾ ਕੰਮ ਹੈ। ਬੋਟਮ ਅਨਸਟਿਚ ਹੈ ਜੀ, ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਸਟਿਚ ਕਰਵਾ ਸਕਦੇ ਹੋ ਜੀ। ਸੈਮੀ ਸਟਿਚ ਜਿਹੜੀ ਫਰੋਕ ਹੈਗੀ ਆ, ਤੁਸੀਂ ਆਪਣੇ ਆਪਣੇ ਅਕੋਰਡਿੰਗ ਇਹਨੂੰ ਸਟਿਚ ਕਰਵਾ ਸਕਦੇ ਹੋ। ਦੁਪੱਟਾ ਇਹਦਾ ਬਹੁਤ ਹੀ ਪਿਆਰਾ ਮੋਰ ਪੰਖਿਆ ਕਲਰ ਦਾ ਦੁਪੱਟਾ ਆਏਗਾ ਜੀ, ਚਨੌਨ ਦਾ ਦੁਪੱਟਾ। ਪੂਰੇ ਦੁਪੱਟੇ ਉੱਤੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਜੀ। ਨੈਕਸਟ ਇਹਦਾ ਜਿਹੜਾ ਕਲਰ ਆਏਗਾ ਜੀ, ਬਹੁਤ ਹੀ ਪਿਆਰਾ ਹੈ। ਦੇਖੋ ਜੀ, ਰੋਇਲ ਲੁੱਕ ਦੇ ਪੀਸ ਹੈ, ਨਵੀਂ ਡਿਜ਼ਾਈਨਿੰਗ ਹੈ। ਫਰੰਟ ਬੈਕ ਤੇ ਜਿਹੜੇ ਇਹਦੇ ਘੇਰੇ ਤੇ ਵਰਕ ਆਏਗਾ ਜੀ, ਥਰੈਡ ਦਾ ਯੈਲੋ ਦੁਪੱਟਾ ਆ ਗਿਆ ਜੀ ਇਹਦੇ ਨਾਲ। ਬਹੁਤ ਹੀ ਸਪੈਸ਼ਲ ਵੱਡੇ ਵਰ ਦਾ ਚਨੌਨ ਦਾ ਦੁਪੱਟਾ ਜੀ। ਨੈਕਸਟ ਕਲਰ ਆ ਗਿਆ ਜੀ ਇਹਦਾ ਪੀਚ ਕਲਰ, ਬਹੁਤ ਹੀ ਪਿਆਰੀ ਲੁੱਕ ਦਾ ਪੀਸ ਆ ਜੀ। ਦੇਖੋ ਜੀ, ਫਲੇਅਰ ਵੀ ਇਹਦਾ ਬਹੁਤ ਸੋਹਣਾ ਬਣਿਆ ਹੋਇਆ ਜੀ। ਤੁਸੀਂ ਇਹਨੂੰ ਸਟਿਚ ਆਪਣੇ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਇਹਨੂੰ ਸਟਿਚ ਕਰਵਾ ਸਕਦੇ ਹੋ ਜੀ। ਬਹੁਤ ਹੀ ਪਿਆਰੀ ਲੁੱਕ ਦਾ ਸੂਟ ਹੈ, ਵੱਡੇ ਜਿਹੜੇ ਇਹਦੇ ਘੇਰੇ ਆ ਤੇ ਇਹਨੂੰ ਆਪਣੇ ਵੱਡੇ ਸਾਈਜ਼ ਨਾਲ ਵੀ ਸਟਿਚ ਕਰਵਾ ਸਕਦੇ ਹੋ। ਬਹੁਤ ਹੀ ਸਪੈਸ਼ਲ ਕਲਰ ਹੈ ਜੀ, ਏਅਰਫੋਰਸ ਕਲਰ, ਹੌਟ ਪਿੰਕ ਕਲਰ ਦਾ ਦੁਪੱਟਾ ਆਏਗਾ ਜੀ। ਰੋਇਲ ਲੁੱਕ ਪੀਸ ਇੱਕ ਆ ਗਿਆ ਜੀ, ਏਅਰਫੋਰਸ ਕਲਰ। ਨੈਕਸਟ ਆ ਗਿਆ ਜੀ ਪੀਚ ਨਾਲ ਰੈੱਡ ਕਲਰ। ਅਗਲਾ ਆ ਗਿਆ ਜੀ ਮੋਰ ਪੰਖਿਆਂ ਨਾਲ ਮਸਟਰਡ ਕਲਰ। ਫਿਰ ਆ ਗਿਆ ਜੀ ਮਸਟਰਡ ਨਾਲ ਮੋਰ ਪੰਖਿਆ। ਬਹੁਤ ਹੀ ਪਿਆਰਾ ਡਿਜ਼ਾਈਨ, ਗੁਲਾਟੀ ਕਲੋਥ ਹਾਊਸ ਜਲੰਧਰ।